ਬੋਨਸ ਰੈਸਟੋਰੈਂਟ ਦੀ ਗੱਲ ਕਰਦੇ ਆ ਜੀ ਬੋਨਸ ਰਿਸਤੋਰੈਂਟ ਕੀ ਆ ਕਿਹੜੇ ਬੰਦੇ ਲੈ ਸਕਦੇ ਨੇ ਇਹ ਸਭ ਤੋਂ ਪਹਿਲਾਂ ਜਿਹੜਾ ਰਿਕੁਇਰ ਸਭ ਤੋਂ ਪਹਿਲੀ ਜਿਹੜੀ ਰਿਕੁਆਇਰਮੈਂਟ ਦੱਸੀ ਜਾ ਰਹੀ ਹੈ ਜਿਹੜਾ ਬੰਦਿਆਂ ਦੇ ਆਪਣੇ ਰੈਸਟੋਰੈਂਟ ਆ ਕਿ ਉਹਨਾਂ ਦਾ 2020 ਦੇ ਵਿੱਚ ਮਾਰਚ ਤੋਂ ਲੈ ਕੇ ਜੂਨ ਦਾ ਜਿਹੜਾ ਬਜਟ ਆ ਜਿੰਨਾ ਉਹਨਾਂ ਨੇ ਕਮਾਈ ਕੀਤੀ ਆ 2019 ਦੇ ਜਿਹੜੇ 9ਵੇਂ ਮਹੀਨੇ ਤੱਕ ਦੀ ਜਿਹੜੀ ਕਮਾਈ ਹੈ ਜੇਕਰ ਉਹਨਾਂ ਦੀ ਕਮਾਈ ਉਹ ਤੋਂ ਘੱਟ ਹੋਈ ਹੈ ਤਾਂ ਫਿਰ ਉਹ ਇਹਨਾਂ ਨੂੰ ਪੈਸੇ ਇਹ ਜਿਹੜੇ ਆ ਦਾ ਬੋਨਸ ਜਿਹੜਾ ਹੈ ਲੈ ਸਕਦੇ ਕਿਹਨਾਂ ਦੇ ਲਈ ਇਹ ਹੈਗਾ ਜੀ ਜਿਨ੍ਹਾਂ ਬੰਦਿਆਂ ਦੇ ਜਿਹੜੇ ਕੋਡ ਦੇ ਚ ਅਤੇਕੋ ਆ ਰੈਸਟੋਰੈਂਟ ਦੇ ਆ ਜਾਂ ਮੈਂਸੀਆਂ ਦੇ জাফর ਕੈਟਰਿੰਗ ਦਾ ਜਿਹੜਾ ਕੰਮ ਕਰਦੇ ਉਹਨਾਂ ਦੇ 56.1011562910 562920 ਇਹ ਬੰਦੇ ਜਿਹੜੇ ਆ ਬੋਨਸ ਲੈ ਸਕਦੇ ਬੋਨਸ ਰੈਸਟੋਰੈਂਟ ਵਾਲਾ 56 ਤੇ 55 ਨੰਬਰ ਜਿਹੜੇ ਇਹ ਲੈ ਸਕਦੇ ਜਿਹੜਾ ਤੁਹਾਡਾ ਕਮਰਸ਼ੀਅਲ ਲਿਸਟਾ ਤੁਸੀਂ ਉਹਨੂੰ ਜਰੂਰ ਪੁੱਛੋ ਜਿਹੜਾ ਤੁਹਾਡਾ ਕੋਡ ਦੇ ਚ ਅਤੇਕੋ ਕਿਹੜਾ ਕੋਡ ਦੇ ਚ ਅਤੇਕੋ ਕੀ ਹੁੰਦਾ ਜਿਸ ਕੋਰਡ ਉੱਤੇ ਤੁਸੀਂ ਆਪਣਾ ਬਿਜ਼ਨਸ ਸਟਾਰਟ ਕੀਤਾ ਜੀ ਇਹ ਜਿਹੜਾ ਦੁਮਾਂਡਾ ਇਹ ਤੁਸੀਂ ਆਨਲਾਈਨ ਕਰ ਸਕਦੇ ਆ ਜੀ ਇੰਪਸ ਦੀ ਵੈਬਸਾਈਟ ਉੱਤੇ ਤੁਸੀਂ ਇਹਨੂੰ ਇਸ ਦਮਾਂਡੇ ਨੂੰ ਆਨਲਾਈਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਇਸ ਦਮਾਂਡੇ ਨੂੰ ਕਰਨ ਦੇ ਲਈ ਵੀ ਤੁਹਾਡੇ ਕੋਲ ਤੁਹਾਡਾ ਈ-ਦੈਂਤਿਤਾ ਡਿਜੀਟਲ ਹੋਣਾ ਚਾਹੀਦਾ ਜਿਹਨੂੰ ਅਸੀਂ ਸਪਿਡ ਕਹਿੰਦੇ ਆ ਜੇ ਤੁਹਾਡੇ ਕੋਲ ਸਪਿਡ ਹੈਗਾ ਤਾਂ ਤੁਸੀਂ ਇਹ ਕਰ ਸਕਦੇ ਹੋ ਤੁਹਾਡੇ ਇਹਦੇ ਨਾਲ ਵਿਜ਼ੂਰਾ ਕਮੇਰਾ ਵਾਲੇ ਵੀ ਚਾਹੀਦਾ ਵਿਜ਼ੂਰਾ ਕਮੇਰਾ ਵਾਲੇ ਵੈਲਿਡ ਹੋਣਾ ਚਾਹੀਦਾ ਉਸ ਤੋਂ ਬਾਅਦ ਕੋਹਿਤਾਨ ਸੇ ਚਾਹੀਦਾ ਕੋਹਿਤਾਨ ਸੇ ਦੇ ਡਾਕੂਮੈਂਟਿ ਫਿਸਕਲਿਕ ਇਹਦਾ ਮਤਲਬ ਤੁਸੀਂ ਜਿਹੜਾ ਟੈਕਸ ਤਾਰਿਆ ਕੋਈ ਤਾਨਸਾ ਹੁੰਦਾ ਜਿਸ ਟਾਈਮ ਤੁਸੀਂ ਐਫ 24 ਜਿਹੜਾ ਟੈਕਸ ਤਾਰਦੇ ਆ ਤਿੰਨ ਚਾਰ ਦਿਨਾਂ ਬਾਅਦ ਉਹਦੀ ਪਰਚੀ ਰਸੀਦ ਆਂਦੀ ਆ ਪਰ ਇਹ ਸਿਰਫ ਮਾਲਕਾਂ ਨੂੰ ਹੀ ਆਂਦੀ ਹੁੰਦੀ ਜਿਹੜੇ ਵੀ ਮਾਲਕ ਹੈਗੇ ਉਹਨਾਂ ਨੂੰ ਪਤਾ ਕੋਈ ਤਾਨਸਾ ਕੀ ਹੁੰਦਾ ਪਹਿਲਾਂ ਲੋਡ ਹੁੰਦੀ ਸੀ ਹੁਣ ਦੁਰਕ ਆਨਲਾਈਨ ਹੋਣ ਤੋਂ ਬਾਅਦ ਕੋਈ ਤਾਨਸਿਆਂ ਨੂੰ ਕੋਈ ਐਨਾ ਪੁੱਛਦਾ ਨਹੀਂ ਹੈ ਕਿਉਂਕਿ ਹੁਣ ਡਾਇਰੈਕਟ ਤੁਹਾਡਾ ਜਿਹੜਾ ਐਫ 24 ਬੈਂਕ ਦੇ ਵਿੱਚੋਂ ਕੱਟ ਹੋ ਜਾਂਦਾ ਇਸ ਸਾਲ ਦੇ ਜਨੂਅਰੀ ਤੋਂ ਪਹਿਲਾਂ ਤੁਸੀਂ ਆਪ ਹਰ 16 ਦੀ 16 ਨੂੰ ਪੈਸੇ ਤਾਰਨੇ ਹੁੰਦੇ ਸਗੇ ਇਸ ਕਰਕੇ ਕੋਰਾਨ ਸੇ ਸਮਝ ਨਹੀਂ ਆਈ ਇਹਨਾਂ ਨੇ ਕਿਉਂ ਪੁੱਛੇ ਨੇ ਜੀ ਉਸ ਤੋਂ ਬਾਅਦ ਤੁਹਾਡੇ ਜਿੰਨੇ ਵੀ ਤੁਸੀਂ ਤੁਹਾਡੇ ਕੋਲ ਡਾਕੂਮੈਂਟ ਹੋਣਾ ਚਾਹੀਦਾ ਰਸੀਦ ਹੋਣੀ ਚਾਹੀਦੀ ਹੈ ਜਿਹੜਾ ਵੀ ਸਮਾਨ ਤੁਸੀਂ 14 ਅਗਸਤ ਤੋਂ ਬਾਅਦ ਖਰੀਦਿਆ ਜੀ ਇਹ ਜਿਹੜਾ ਇਹਨਾਂ ਦਾ ਜਿਹੜਾ ਮੋਡੂਲ ਉਹ ਜਿਹੜਾ ਇਹ ਫਾਰਮ ਆ ਇਸ ਫਾਰਮ ਨੂੰ ਤੁਸੀਂ ਉਹਨਾਂ ਦੀ ਵੈਬਸਾਈਟ ਤੋਂ ਉੱਤੋਂ ਜਾ ਕੇ ਜਿਹੜੇ ਇਹਨਾਂ ਦੀ ਵੈਬਸਾਈਟ ਤੋਂ ਉੱਤੋਂ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਆ ਜੀ ਇਸ ਬੋਨਸ ਨੂੰ ਤੁਸੀਂ 28 ਨਵੰਬਰ 2020 ਤੱਕ ਕਰ ਸਕਦੇ ਆ ਜੀ ਇਹਦਾ ਮਿਲਨੇ ਕਿੰਨੇ ਆ ਪੈਸੇ ਕਿੰਨੇ ਦਾ ਬੋਨਸ ਆ ਪੈਸੇ ਨਹੀਂ ਮਿਲਨੇ ਕਿੰਨੇ ਦੀ ਤੁਹਾਨੂੰ ਫਾਇਦਾ ਹੋ ਸਕਦਾ ਕਿੰਨੇ ਪੈਸਿਆਂ ਦਾ 1000 ਯਰੋ ਤੋਂ ਲੈ ਕੇ 10000 ਯਰੋ ਤੱਕ ਈਵਾ ਇਸ ਕਲੂਜ਼ਾ ਕਹਿਣ ਦਾ ਮਤਲਬ ਕਿ ਈਵੇ ਤੋਂ ਵਾਹ ਵਾਹ ਕਰੋ ਈਵਾ ਬਾਰਾਜੀ 1000 ਤੋਂ ਲੈ ਕੇ 10000 ਯਰੋ ਤੱਕ ਜਿਹੜੇ ਰੈਸਟੋਰੈਂਟਾਂ ਇਹਨਾਂ ਨੂੰ ਪੈਸਿਆਂ ਦਾ ਮੁਨਾਫਾ ਹੋ ਸਕਦਾ ਜੀ ਫਾਇਦਾ ਹੋ ਸਕਦਾ ਅਤੇ ਜੋ ਫਾਰਮ ਆ ਜਿਹੜਾ ਬਰਾ ਵਾਲਿਆਂ ਨੇ ਰੈਸਟੋਰੈਂਟ ਵਾਲਿਆਂ ਨੇ ਸੌਰੀ ਭੇਜਣਾ ਜੀ ਇਹ ਭੇਜਣਾ ਜੀ ਤੁਸੀਂ ਪਵਿਆ ਭੇਜਣਾ ਜੀ ਚੈਂਤਰੋ ਸਰਵਿਟਸਿਓ ਪਵਿਆ ਸਰਵਿਟਸਿਓ ਰਿਸਟੋਰਾਟੋਰੀ ਵਿਆਲੇ ਬ੍ਰੰਬిల్లా 127100 27100 ਪਵਿਆ ਇੱਥੇ ਨੂੰ ਤੁਸੀਂ ਇਹ ਸਾਰਾ ਆਪਣਾ ਜਿਹੜਾ ਰਿਕੁਆਇਰਮੈਂਟ ਆ ਉਹਨਾਂ ਨੂੰ ਭੇਜਣੀ ਆ ਜੀ ਜਿਹੜਾ ਲਿੰਕ ਆ ਸੀ ਤੁਹਾਨੂੰ ਜਿਹੜੀ ਅ ਡਿਸਕ੍ਰਿਪਸ਼ਨ ਆਪਣਾ ਡਿਸਕ੍ਰਿਪਟਿਓਨ ਦੇ ਵਿੱਚ ਤੁਹਾਨੂੰ ਅਸੀਂ ਲਿੰਕ ਭੇਜ ਦੇਵਾਂਗੇ ਤਾਂ ਜੋ ਤੁਸੀਂ ਉਤੋਂ ਆਪਣਾ ਡਾਊਨਲੋਡ ਕਰ ਸਕਦੇ ਹੋ ਜੀ ਫਾਰਮ ਤੇ ਤੁਸੀਂ ਵੀ ਇਹਦਾ ਬੈਨੀਫਿਟ ਲੈ ਸਕਦੇ ਹੋ ਜੀ ਤੇ ਇਹ ਜਿਹੜੀ ਵੈਬਸਾਈਟ ਆ ਜਿੱਥੇ ਤੁਸੀਂ ਜਾਣਾ ਜੀ ਹੈਗੀ ਜੀ purtale-ristorazione.it ਇਹ ਵੈਬਸਾਈਟ ਆ ਜੀ ਜੇ ਤੋਂ ਫਿਰ ਫਾਰਮ ਭਰਨਾ ਡਾਊਨਲੋਡ ਕਰਨਾ ਸਭ ਕੁਝ ਕਰਨਾ ਸਪੀਡ ਦੀ ਤੁਹਾਨੂੰ ਲੋੜ ਹੈ